ਅੱਜ ਤੁਹਾਨੂੰ ਛੋਟੀ ਜੀ ਇੰਡਸਟਰੀ ਦੀ ਸੈਰ ਕਰਾਉਂਦੇ ਹਾਂ, ਜਿੱਥੇ ਖਾਲ ਵੰਡਾ ਜੋਕਰ ਹਰ ਚੀਜ਼ ਬਣਦੀ। ਇੱਕ ਸਾਡਾ ਭਰਾ ਹੈ, ਉਹਨੇ ਫੈਕਟਰੀ ਲਾਈ ਹੋਈ ਛੋਟੀ ਜੀ। ਅੱਛਾ ਅੱਛਾ ਜੀ, ਦੂਸਰੀਆਂ ਚੀਜ਼ਾਂ ਦਾ ਮੱਕੀ ਪੀ ਜਾਂਦੀ ਤੇਲ। ਨਾਲ ਕਪਾਸ ਦਾ ਸੀਜ਼ਨ ਆਉਂਦਾ, ਉਹਦੇ ਵਾਸਤੇ ਮੁਰੰਮਤਾਂ ਸ਼ੁਰੂ ਕੀਤੀਆਂ ਹੋਈਆਂ। ਨਾਂ ਯਾਦ ਰੱਖਣਾ ਜੀ, ਬੱਟ ਬਰਾਦਰ। ਥੋੜ੍ਹੇ ਐਸਾ ਕਾਰੋਬਾਰ ਹੈ, ਥੋੜ੍ਹੀ ਜਿਹੀ ਆਮਦਨ 'ਚ 5-10 ਲੱਖ ਰੁਪਏ 'ਚ ਤਕਰੀਬਨ ਹਰ ਛੋਟੀ ਜਿਹੀ ਇੰਡਸਟਰੀ ਤਿਆਰ ਹੋ ਜਾਂਦੀ। ਇੱਕ ਵੀਰ ਖਲ ਬਣਾ ਰਿਹਾ, ਕੌੜੀ ਖਲ ਤਿਆਰ ਹੋ ਰਹੀ। ਇਹ ਸਰ੍ਹੋਂ ਦਾ ਤੇਲ ਤਿਆਰ ਹੋ ਰਿਹਾ ਜੀ। ਇਹ ਤੇਲ ਇਸ ਪਾਰਟੀ 'ਚ ਜਾਂਦਾ, ਇਹ ਤੇਲ ਆ ਰਿਹਾ ਬਾਹਰ, ਤਿਆਰ ਹੋ ਰਿਹਾ। ਉਸ ਤੋਂ ਬਾਅਦ ਉਹ ਫਿਲਟਰ ਪਲਾਂਟ ਤੁਹਾਨੂੰ ਦਿਖਾਇਆ, ਦੁਬਾਰਾ ਫਿਰ ਦਿਖਾਉਣੇ। ਤੇਲ ਦੇ ਵਿੱਚ ਆ ਕੇ ਡਿੱਗਦਾ ਜੀ, ਇੱਥੇ ਪਲਾਂਟ ਹੁੰਦਾ ਤੇਲ। ਪਲਾਂਟ ਲੱਗਿਆ ਛੋਟਾ ਜਿਹਾ ਜੀ, ਤੇਲ ਫਿਲਟਰ ਕਰਨ ਵਾਲਾ। ਇਹ ਦੇਖੋ ਕਤਰਾ ਕਤਰਾ ਤੇਲ ਆ ਰਿਹਾ ਬਾਹਰ, ਫਿਲਟਰ ਹੋ ਕੇ ਤੇਲ ਫਿਰ ਸਾਫ਼ ਹੋ ਕੇ ਇਸਤੇਮਾਲ ਵਾਸਤੇ। ਦੇਖੋ ਜੀ, ਮਾਲਕ ਇੰਨਾ, ਮਾਲਕ ਬਹੁਤ ਅੱਛਾ ਬੰਦਾ ਜੀ। ਵੇਖੋ ਖੁਦ ਨਾਲ ਲੱਗਿਆ, ਖੁਦ ਕੰਮ ਕਰ ਰਿਹਾ। ਇਹ ਦੇਖ, ਖੁਦ ਕੰਮ ਕਰਾ ਰਿਹਾ, ਮਜ਼ਦੂਰਾਂ ਦਾ ਵੀ ਬਹੁਤ ਖਿਆਲ ਰੱਖਦਾ, ਬਹੁਤ ਅੱਛਾ ਵੀਰ ਹੈ ਸਾਡਾ। ਚਲਦੀਆਂ ਸਾਰੀਆਂ, ਇਹ ਸਾਰੀਆਂ ਟੋਟਲ A to Z ਚਲਦੀਆਂ ਨੇ। ਇਹ ਮਿਰਚਾਂ ਪੀਸਦੀ ਆ, ਇਹ ਗੰਦਮ ਦਾ ਦਲੀਆ ਕਰਦੀ ਆ, ਉੱਪਰ ਮੱਕੀ ਦਾ ਦਲੀਆ, ਜਿਸ ਚੀਜ਼ ਦਾ ਵੀ ਡੰਗਰਾਂ ਵਾਲਾ ਖਵਾਉਣਾ ਹੋਵੇ ਆਪ ਖਰੀਦਦੀ ਆ। ਇਹ ਗੰਦਮ ਦਾ ਦਲੀਆ ਖਾਣ ਵਾਸਤੇ ਸਪੈਸ਼ਲ ਬਣਾਇਆ, ਜੌਂਆਂ ਦਾ ਦਲੀਆ, ਗੰਦਮ ਦਾ ਦਲੀਆ, ਚਨੇ ਦਾ ਦਲੀਆ। ਵਾਹ, ਹਰ ਕਿਸਮ ਦਾ। ਹਾਂਜੀ, ਹਰ ਕਿਸਮ ਦਾ ਬਾਹਰ ਸਾਡੇ ਕੋਲ ਲੱਗਿਆ ਹੋਇਆ ਵਾ ਇੱਕ ਕੰਟੈਕਟ, ਉਹਦੇ 'ਤੇ ਮੁਰਗੀ ਦਾਣੇ ਦਾ ਦਲੀਆ ਬਣਦਾ। ਅੱਛਾ, ਖੁਰਾਕ ਯਾਨੀ? ਹਾਂਜੀ, ਮੁਰਗੀ ਦਾ ਖੁਰਾਕ ਟੈਪ ਉਹ ਮੰਨ ਲਈ ਸਾਹਿਬ ਦੇ ਲੱਗਿਆ। ਸਹੀ।
ਇਹ ਦਲੀਆਂ ਭਾਜੀਆਂ ਦਾ ਹੀ ਤਿਆਰ ਹੁੰਦਾ ਖੁਰਾਕ ਟੈਪ ਦਲੀਆਂ ਜੀ, ਖੁਰਾਕ ਤਿਆਰ ਕਰਨੀ ਹੋਵੇ ਵੰਡਾ ਵੀ ਆਪਣੀ ਜਗ੍ਹਾ ਨਾਲ ਦੀ ਸਾਰੀ। ਅੱਛਾ ਉਹ ਜਿਹੜੀਆਂ ਸਾਡੇ ਮਨੀਰ ਸਿੱਧੂ ਨੇ ਵੀ ਲਾਈਆਂ ਸੀ। ਸਹੀ। ਅੱਛਾ ਜੀ ਇਹ ਵਰਕਸ਼ਾਪ ਤਿਆਰ ਕਰਨੀ ਤਿਆਰ ਕਰੀ। ਸਹੀ ਠੀਕ ਹੋ। ਉਹ ਉੱਪਰ ਆਟੇ ਵਾਲੀ ਉਹ ਬੜੀ ਉੱਤੇ ਲਾਈ ਆ। ਹੋਰ ਬਹੁਤ ਜ਼ਿਆਦਾ ਮਸ਼ੀਨਰੀ ਲੱਗੀ ਅੱਗੇ ਮਾਸ਼ਾਅੱਲਾ ਸਰੋਂ ਸਟਾਕ ਕੀਤੀ ਹੋਈ ਭਾਈ ਜਾਨ ਨੇ। ਹਾਂਜੀ ਮੱਕੀ ਦਾ ਦਲੀਆ, ਗੰਦਮ ਦਾ ਦਲੀਆ, ਇੱਧਰ ਸਲਿੰਗੜੀ ਵੰਡੇ ਵਾਲੀ ਮਸ਼ੀਨ, ਪੈਲਟ ਵੰਡਾ, ਠੀਕ ਹੈ, ਮਿਕਸਚਰ, ਬਰਮ, ਠੀਕ ਹੋ ਗਿਆ, ਕ੍ਰੈਸ਼ਰ, ਮੱਕੀ ਦਲੀਆ, ਗੰਦਮ ਦਲੀਆ, ਪਰਲੀ ਸਾਈਡ ਦੇ ਜਿਨੰਗ ਮਸ਼ੀਨਾਂ ਲੱਗ ਰਹੀਆਂ ਨੇ। ਇਹ ਵੀ ਜਿਨੰਗ ਮਸ਼ੀਨ ਹੈ? ਇਹ ਸਾਰਜਨ ਮਸ਼ੀਨ ਆ ਜਿਨੰਗ। ਠੀਕ ਹੋ ਗਿਆ, ਇਹ ਮੁਰੰਮਤ ਹੋ ਰਹੀ ਹੈ ਦੇ ਨਾਲ ਬੇਲਣੀਆਂ। ਚਲੋ ਮਾਸ਼ਾਅੱਲਾ ਬਹੁਤ ਅੱਛੀ ਗੱਲ। ਪੂਰੀ ਇੰਡਸਟਰੀ ਯਾਨੀ ਕਿ ਬਣਾਈ ਹੋਈ ਛੋਟੀ ਜਿਹੀ ਨਾ ਉਹ ਸਾਫ ਚਾਚਾ ਇੱਥੇ ਕੀ ਤਿਆਰ ਹੁੰਦਾ? ਇੱਥੇ ਆਟਾ ਖਾਣ ਵਾਲਾ ਦਲੀਆ। ਆਟਾ ਕਾਹਦਾ? ਗੰਦਮ। ਗੰਦਮ ਦਾ ਬੇਸਣ ਵੀ ਇੱਥੇ ਬਣਦਾ? ਅੱਛਾ ਬੇਸਣ ਦੁਕਾਨਾਂ 'ਤੇ ਜਿਹੜਾ ਜਾਂਦਾ ਉਹ ਵੀ ਇੱਥੇ ਬਣਦਾ? ਠੀਕ ਹੋ ਗਿਆ। ਇਹ ਲਹਿਦਾ ਚੱਕੀ ਲੱਗੀ ਜੀ, ਇੱਥੇ ਆਟਾ ਦਲੀਆ ਬੇਸਣ ਹਰ ਚੀਜ਼ ਇੱਥੇ ਤਿਆਰ ਹੁੰਦੀ। ਠੀਕ ਹੈ ਜੀ, ਇਹ ਸਾਰਾ ਸਿਸਟਮ ਹੈ ਇਲੈਕਟ੍ਰਿਕ ਸਿਸਟਮ ਨਿਜ਼ਾਮ ਬਣਾਇਆ ਵੀ। ਦਫ਼ਤਰ ਤੁਹਾਨੂੰ ਚੈੱਕ ਕਰਾਉਣਾ ਨਹੀਂ, ਛੋਟਾ ਜਿਹਾ ਦਫ਼ਤਰ ਤਿਆਰ ਕੀਤਾ, ਛੋਟਾ ਜਿਹਾ ਏਸੀ ਲਾਇਆ ਵਿੱਚ, ਸਕੂਨ ਮਾਹੌਲ। ਦੁਆ ਹੈ ਜੀ ਅੱਲਾ ਪਾਕ ਇਹਨੇ ਕਾਰੋਬਾਰ 'ਚ ਬਰਕਤਾਂ।